करा देखो भाई, बहुत सोहना गा बच्चा। मुल भी जायज ही करया भाई ने, कोई ये नहीं हैगा भी बाला करया होगा। यही खास चंगी है बकरी, बहुत चंगी हैगी है ना। सूए दी किवें दी दूजे दी सूए पर तीसरा सुई है, तीसरा सुई है। हां आ ले बच्चा, एक ही देता, बच्चा एक ही देता। बच्चे वड्डे ने मुल ता ही भाई, बाई ने ज्यादा करेगा 28,000 नहीं थोड़े हिसाब नाल दोनों पट्ठा ने वधिया भी दो हैगियां, दोए पट्ठा नेगियां नाल की मुलवाड़ी कर देने। मैं आ पट्ठा खड़ी नेगियां दोए इन्हां दा 16,000 दंदा ने किवें ने इह ते दो दो दंद ने दोए पैणा पैणा ने पैणा पैणा ने पैणा पैणा गबणा ते नेगियां नहीं गबणा नहीं आदे। पक्की गल है? पक्की गल है। ठीक है, की मुल करया ब्योड़ी दा? इहदा 16,000 32,000 32,000 16×32 32,000 रुपया मुल करया भाई। बस दिखाउणे तुहानूं बकरियां राजू बाबे दियां। की हाल है बाबा जी? वधिया जी वीरे, ठीक ठाक हो? जामा ही वधिया। कम किवें चलदा? कम वधिया चलदा वीरे। नजारे ने? जामा ही। किन्नियां बेचतियां अज? अज दा वीरे 3 बेचियां ने। 3 बेचियां ने? हां। अज देखो खरीदियां भी ने? खरीदियां ने वीरे। और किन्नियां का? 3 मैं घरों लिया सी, 4 उरों खरीदियां। 4 उरों खरीदियां, घर वालियां बेचतियां। हां ਜਿਹੜੀਆਂ ਉਰੋਂ ਲਈਆਂ ਉਹ ਖੜੀਆਂ ਚਾਰ। ਮੁੱਲ ਲੱਗਣ ਲੱਗ ਗਿਆ ਇਹਨਾਂ ਦੇ? ਹਾਂ ਵੀਰੇ ਲੱਗਣ ਲੱਗ ਗਿਆ। ਕੀ ਮੁੱਲ ਕਰਦੇ ਇਹਦਾ? ਇਹਦਾ ਵੀਰੇ 26,000 ਰੁਪਇਆ ਕਰਦੇ। 26,000 ਗੱਬਣ ਵੀ ਹੈਗੀ ਇਹ? ਬੱਚਾ ਵੀਰੇ ਮਗਰ ਇਹਦੇ, ਬੱਚਾ ਦਿਖਾਈ ਲਾ ਬੱਚਾ ਦਾ ਕਿੱਡਾ ਤੋਹਫਾ। ਬੱਚਾ ਬਹੁਤ ਸੋਹਣਾ ਵੀਰੇ, ਇਹਦੇ ਕਿੰਨਾ ਕੁ ਸੋਹਣਾ? ਬੜਾ ਹੀ ਸੋਹਣਾ। ਅੱਛਾ ਕਿੰਨੇ ਕੁ ਦਿਨ ਹੋ ਗਏ ਹੁਣ ਸੂਈ? ਸੂਈ ਨੂੰ ਤਾਂ ਵੀਰੇ ਹਜੇ 10 ਕੁ ਦਿਨ ਹੀ ਹੋਏ। ਠੀਕ ਹੈ, ਮੁੱਲ ਕੀ ਕਰਿਆ ਇਹਦਾ ਤੁਸੀਂ? 26,000 ਰੁਪਇਆ ਵੀਰੇ। 26,000 ਲੱਗਿਆ ਵੀ ਇਹਦੇ ਕੁਛ? ਲੱਗਿਆ ਵੀਰੇ ਇਹਦੇ ਤੇ। ਕਿੰਨਾ ਕੁ? ਇਹ ਤੇ 21,000 ਰੁਪਇਆ ਲੱਗਣਾ ਜੀ ਸਾਹਿਬ ਆ ਕੀ? ਜਮਾ ਹੀ ਚੱਲਦੇ ਨੇ ਖਾਣ ਤੋਂ? ਜਮਾ ਹੀ ਬੱਕਰਾ ਦੇ ਨਾਲ ਇਹ? ਬੱਕਰਾ ਜੀ। ਬੱਕਰਾ ਦੇਖੋ ਬਾਈ, ਬਹੁਤ ਸੋਹਣਾ ਹੈਗਾ ਬੱਚਾ। ਲੈ ਮੁੱਲ ਵੀ ਜਾਇਜ਼ ਹੀ ਕਰਿਆ ਬਾਈ ਨੇ, ਕੋਈ ਇਹ ਨਹੀਂ ਹੈਗਾ ਵੀ ਬਾਹਲਾ ਕਰਿਆ ਹੋਵੇ। ਇਹੀ ਖਾਸੀ ਚੰਗੀ ਹੈ ਵੀਰੇ, ਬੱਕਰੀ ਬਹੁਤ ਚੰਗੀ ਹੈਗੀ ਹੈ ਨਾ। ਸੂਏ ਦੀ ਕਿਵੇਂ ਦੀ? ਦੂਜੇ ਦੀ ਸੂਏ ਵੀਰੇ ਤੀਸਰਾ ਸੂਈ ਹੈ। ਤੀਸਰਾ ਸੂਈ ਆ? ਹਾਂ ਆ ਲੈ ਬੱਚਾ ਇੱਕੋ ਹੀ ਦਿੱਤਾ? ਬੱਚਾ ਇੱਕੋ ਹੀ ਦਿੱਤਾ। ਤੁਹਾਨੂੰ ਇੱਕ ਦਿੱਤਾ? ਸਾਨੂੰ ਇੱਕ ਦਿੱਤਾ ਜੀ। ਠੀਕ ਹੈ, ਚੱਲ ਬਾਈ ਇਹ ਤਾਂ ਹੋ ਗਈ। ਆਹ ਕਿ ਰੁਪਈਆਂ ਦੀ ਹੈਗੀ? ਇਹ ਵੀਰੇ 28,000 ਰੁਪਏ ਦੀ ਆ। ਇਹਦੇ ਮਗਰ ਦੋ ਪੱਠਾ ਨੇ। ਇਹਦੇ ਮਗਰ ਦੋ ਪੱਠਾ ਨੇ? ਤਾਂ ਹੀ ਮਹਾਂ ਕਿਤੇ ਯਾਦੇ ਬਾਈ ਨੇ ਉਹੀ ਮੰਗ ਲਿਆ ਭਾਈ, ਦੋ ਪੱਠਾ ਨੇ ਵੀਰੇ। ਤਿੰਨ ਦੋ ਦੋ ਢਾਈ ਢਾਈ ਮਹੀਨਿਆਂ ਦੀਆਂ ਹੈਗੀਆਂ ਉਰੇ। ਹਾਂ ਜੀ ਦਿਖਾ ਵੀ ਪੱਠਾ ਲਿਆ ਵੀ, ਹੁਣ ਪੱਠਾ ਵੀ ਲਿਆ। ਬੱਕਰੀ ਤਾਂ ਛੋਟੀ ਜੀ ਆ ਮਹਾਂ, ਪਹਿਲਾਂ ਤਾਂ ਮੈਨੂੰ ਐਂ ਲੱਗਿਆ ਜੀ ਮਹਾਂ ਬਾਈ ਕਹੂਗਾ 18 ਨਾ ਬੱਕਰੀ, ਪਰ ਜਦੋਂ ਐਂ ਕਹਿੰਦਾ ਵੀ ਤਿੰਨ ਪੱਠਾ ਦੋ ਪੱਠਾ ਲੂਣਾ ਪੱਠਾ। ਅੱਛਾ ਲੂਣਾ ਖੋਲ ਕੇ ਦਿਖਾਈ ਬਾਈ ਤੋਲਾ? ਇਹ ਨਹੀਂ ਹੈਗੀਆਂ, ਦੋ ਢਾਈ ਮਹੀਨੇ ਦੀਆਂ ਪੱਠਾ ਕਹਿੰਦਾ ਬਾਈ। ਭਲੂਣ ਸੂਈ ਆ ਵੀਰੇ। ਹਾਂ ਥਾਣ ਓਕੇ ਨੇ ਜਮਾ? ਥਾਣ ਓਕੇ ਨੇ ਵੀਰੇ। ਠੀਕ ਹੈ, ਚੰਗਾਇਆ ਹੋਇਆ ਅੱਜ ਦਾ ਦੁੱਧ? ਚੰਗਾਇਆ ਹੋਇਆ ਵੀਰੇ, ਚੋਈ ਵੀ ਹੋਈ ਆ ਇਹ? ਮਤਲਬ ਸਵੇਰ ਤੋਂ ਚੰਗਾਇਆ ਹੋਇਆ ਲਾਇਆ ਝੋਲਾ ਮੈਂ ਜੋ ਬਾਈ ਤੋਂ ਖਰੀਦੀ ਆ ਉਰੋਂ। ਝੋਲਾ ਲਾਇਆ ਇਹਦੇ 'ਤੇ? ਠੀਕ ਹੈ, ਪਹਿਲਣ ਪਹਿਲਣ ਭਲੂਣ ਕੱਦ ਕਿੰਨਾ ਹੋਊ ਇਹਦਾ? ਕੱਦ ਹੋਊਗਾ ਵੀਰੇ 34-35। 34 ਹੋਊਗਾ, 34 ਮੰਨ ਕੇ ਚਲੋ ਬਾਈ, 34 ਇੰਚ ਕੱਦ ਹੋਊਗਾ ਵੀ। ਠੀਕ ਹੈ, ਜਿਹੋ ਜਿਹਾ ਹੈਗਾ ਕਿ ਬੱਕਰੀ ਉਹ ਜਿਹਾ ਮੁੱਲ ਆ, ਬਾਕੀ ਹੁਣ ਬੱਚੇ ਦੇਖ ਕੇ ਪਤਾ ਲੱਗੂ ਬਾਈ। ਬੱਚੇ ਵੱਡੇ ਨੇ, ਮੁੱਲ ਤਾਂ ਹੀ ਭਾਈ ਬਾਈ ਨੇ ਜ਼ਿਆਦਾ ਕਰੇਗਾ 28,000 ਨਹੀਂ ਤੁਹਾਡੇ ਹਿਸਾਬ ਨਾਲ। ਪੱਠਾ ਨੇ ਵਧੀਆ ਵੀ, ਦੋ ਹੈਗੀਆਂ, ਦੋਵੇਂ ਪੱਠਾ ਨੇਗੀਆਂ ਨਾਲ। ਪੱਠਾ ਨੇ ਲੱਗਿਆ ਕੀ ਆ ਬਾਈ ਇਹਦੇ ਰਾਜੂ? ਇਹ ਤੇ ਵੀਰੇ 18,000 ਰੁਪਇਆ ਲੱਗੇ। 18,000 ਰੁਪਇਆ? ਹਾਂ ਠੀਕ ਹੈ, ਜੇ ਬੱਚੇ ਨਾ ਹੁੰਦੇ ਫਿਰ ਇਕੱਲੀ ਦਾ 18 ਮੰਗਣਾ ਹੈ? ਫਿਰ ਇਕੱਲੀ ਦਾ 18 ਮੰਗ ਲੈਂਦੇ ਵੀਰੇ। ਠੀਕ ਹੈ, ਆ ਹੋਈ ਗੱਲ, ਚੰਗਾ ਬੰਨ ਬਾਈ। ਆਪ ਲਾਈ ਝੋਲਾ ਇਹਦੇ? ਇਹ ਪੱਠਾ ਸੀਗੀਆਂ ਦੋਵੇਂ ਨਾਲ। ਵੀ ਦੋ ਪੱਠਾ ਨੇ ਵੀਰੇ। ਕਿਹੜੀ ਮੰਗਰ? ਇਹਦੇ ਮੰਗਰ, ਇਹਦੇ ਮੰਗਰ ਲਿਆਈ ਉਹਨਾਂ ਨੂੰ ਕਿਹੜਾ ਆਇਓ? ਇਹਦਾ ਕੀ ਮੁੱਲਾ ਬਾਈ? ਇਹਦਾ 22,000 ਰੁਪਇਆ ਵੀਰੇ। ਅੱਛਾ, ਇਹਦੇ ਮਗਰ ਛੋਟੇ ਨੇ ਬੱਚੇ? ਬੱਚੇ ਦੋ ਪੱਠਾ ਨੇ ਵੀਰੇ, ਛੋਟੇ ਨੇਗੇ। ਹਾਂ ਹੈਗੇ ਨੇ, 10-15 ਦਿਨਾਂ ਦੇ। 10-15 ਦਿਨ ਨੇ, ਤਾਂ ਹੀ ਲੈ ਬਾਈ 22,000 ਮੁੱਲ ਕਰਿਆ ਹੈਗਾ। ਸਾਰਿਆਂ ਨੂੰ ਘੱਟ ਮੁੱਲ ਕਰਿਆ ਅੱਜ ਇਹ ਬਾਈ ਨੇ ਬੱਕਰੀਆਂ ਦੀ ਮੰਡੀ 'ਤੇ। ਕਿਉਂ ਕਰਿਆ? ਚੰਗੀਆਂ ਨੇ ਵੀਰੇ, ਥੱਲੋਂ ਬਹੁਤ ਚੰਗੀ ਹੈ ਬੱਕਰੀ। ਇਹ ਬੱਕਰੀ ਕਿੰਨਾ ਕੁ ਦੁੱਧ ਕੱਢ ਦੇਊਗੀ? ਇਹ ਬੱਕਰੀ ਕੱਢ ਦੇਊਗੀ ਵੀਰੇ 2-2.5 ਲੀਟਰ ਦੁੱਧ ਬੱਕਰੀ। ਅੱਛਾ, ਬੱਚਿਆਂ ਨੂੰ ਚੰਗਾ ਕੇ? ਚੰਗਾ ਕੇ ਸਾਰਾ ਦੁੱਧ? ਸਾਰਾ ਦੁੱਧ, ਸਾਰਾ ਦੁੱਧ। ਠੀਕ ਹੈ, ਤੇ ਰਹਿ ਵੀ ਗਈ ਕੋਈ ਹੁਣ ਦਿਖਾਉਣ ਵਾਲੀ? ਆ ਰਹਿ ਗਈ ਵੀਰੇ, ਸਾਰੀਆਂ ਸੂਈਆਂ ਹੋਈਆਂ ਲਿਆਂਦੇ ਸੀ ਅੱਜ ਬਾਈ? ਸਾਰੀਆਂ ਸੂਈਆਂ ਹੋਈਆਂ ਸੀ ਵੀਰੇ, ਸਾਰੀਆਂ ਸੂਈਆਂ ਹੋਈਆਂ ਸੂਈਆਂ ਹੋਈਆਂ ਹੀ ਲੈਣਾ ਵੀਰੇ ਮੈਂ, ਬੱਚਿਆਂ ਵਾਲੀਆਂ ਗੱਬਣ ਮੈਂ ਘੱਟ ਹੀ ਲੈਣਾ ਹੈ। ਅੱਛਾ, ਬੱਚੇ ਵਾਲੀ ਬੱਕਰੀ ਲੈਣਾ, ਬੱਚੇ ਵਾਲੀ ਗਾਂ ਦੇ। ਠੀਕ ਆ, ਹਾਂ ਕੋਈ ਬੱਚਾ ਨਹੀਂ ਤੋੜਦਾ, ਜਿਵੇਂ ਆਉਣਗੇ ਜੇ 2 ਹੋਣਗੇ 2 ਦੂੰਗਾ, ਜੇ 3 ਹੋਣਗੇ 3 ਹੋਣਗੇ। ਇਹਦਾ ਕਿਆ ਮੁੱਲ ਹੈ? ਇਹਦਾ ਵੀਰੇ 20,000 ਰੁਪਇਆ ਇੱਕ ਬੱਚਾ। ਇੱਕ ਬੱਚਾ ਬੱਕਰਾ ਹੈ? ਦੇਣ ਲੈਣ ਵਾਲਾ ਰੇਟ? ਦੇਣ ਲੈਣ ਵਾਲਾ 18,000 ਦੀ ਛੱਡਾਂਗੇ ਵੀਰੇ। ਆ ਠੀਕ ਆ ਬਾਈ, 20,000 ਖੰਡ 2,000 ਦਾ ਬੱਟਾ ਪਾਇਆ ਬਾਈ ਨੇ ਵੀ, 18,000 ਦੀ ਦੇ ਦੇਣਗੇ। ਦੇਣ ਲੈਣ ਵਾਲਾ ਮੁੱਲ ਹੀ ਕਰੇਗਾ ਇਹ ਵੀਰੇ, 22 ਤੱਕ ਛੱਡ ਦਾਂਗੇ। ਜਿਹੜੀ ਡੱਬੀ ਬੱਕਰੀ ਦਾ 28 ਮੰਗਿਆ ਹੈ, ਜਿਹੜੀ ਦਾ 28 ਮੰਗਿਆਗਾ, ਹਾਂ ਇਹ 22 ਦੀ ਦੇਵਾਂਗੇ। 22 ਦੀ ਦੇਵਾਂਗੇ ਵੀਰੇ, ਕਿਆ ਬਾਤ ਹੈ, ਇਹ ਦੇਵਾਂਗੇ ਵੀਰੇ 22 ਦੀ। ਇਹ ਵੀ 22 ਦੀ ਦੇਵਾਂਗੇ ਜਿਹੜੀ ਦਾ 26 ਮੰਗਿਆ, ਜਿਹੜੀ ਦਾ 26 ਮੰਗਿਆ। ਹਾਂ ਇਹ ਗੱਲ ਹੈਗੀ। ਠੀਕ ਆ ਬਾਈ ਜੀ, ਬਹੁਤ ਧੰਨਵਾਦ। ਏਰੀਆ ਕਿਹੜਾ ਪੈਂਦਾ? ਏਰੀਆ ਵੀਰੇ ਸਮਾਣਾ ਸੌਂਦੇ ਵਾਲਾ ਪਿੰਡ। ਅੱਛਾ, ਜ਼ਿਲ੍ਹਾ ਪਟਿਆਲਾ? ਜ਼ਿਲ੍ਹਾ ਪਟਿਆਲਾ। ਹਾਂ ਮੰਡੀ ਤੇ ਕਦੋਂ ਕਦੋਂ ਆਉਂਦੇ? ਮੰਡੀ ਦੇ ਵੀਰੇ ਜਦੋਂ ਮੰਡੀ ਦੀ ਲੱਗਣ ਲੱਗੀ ਉਦੋਂ ਦੀ ਆਉਂਦੇ ਆ। ਅੱਛਾ, ਹਾਂ ਜੀ, ਸ਼ੁਰੂ ਤੋਂ ਹੀ ਰਾਵ ਤੱਕ? ਸ਼ੁਰੂ ਤੋਂ ਹੀ ਆਉਂਦੇ ਆ, ਜਦੋਂ ਪਿੰਡ ਲੱਗਦੀ ਮੰਡੀ ਉਦੋਂ ਦੇ ਆਉਂਦੇ। ਅੱਛਾ, ਹਾਂ ਜੀ, ਫਿਰ ਠੀਕ ਆ।
ਚੰਗਾ ਬਾਈ ਲੈ ਬਾਈ ਜੱਗਾ ਵਪਾਰੀ ਖੜਾ ਆਪਣੇ ਕੋਲੇ ਮਲੇਰ ਕੋਟਲੇ ਵਾਲਾ ਕੀ ਹਾਲ ਬਾਈ ਜੱਗੇ ਠੀਕ ਆ ਬਾਈ ਵਧੀਆ ਠੀਕ ਆ ਤੁਸੀਂ ਦੱਸੋ ਕਿੰਨੇ ਨਗ ਲਿਆਉਂਦੇ ਕਿੰਨੇ ਵੇਚਤੇ ਨਗ ਲਿਆ ਕਹਿੰਦੇ ਸੀ 18 19 ਗੱਜ ਅੱਛਾ ਹਾਂ ਕਿੰਨੇ ਰਹਿ ਗਏ ਉਹਦੇ ਵਿੱਚੋਂ 7-8 ਨਗ ਰਹਿ ਗਏ ਅੱਜ 7-8 ਨਗ ਰਹਿ ਗਏ ਕੀ ਮੁੱਲਵਾੜੀ ਕਰਦੇ ਨੇ ਮੈਂ ਆ ਪੱਠਾਂ ਖੜੀਆਂ ਨੇਗੀਆਂ ਤੋਏ ਇਹਨਾਂ ਦਾ 16-16 ਹਜ਼ਾਰ ਦੰਦਾਂ ਦੀਆਂ ਕਿਵੇਂ ਨੇ ਇਹ ਦੋ ਦੋ ਦੰਦ ਨੇ ਦੋਏ ਪੈਣਾ ਪੈਣਾ ਨੇ ਪੈਣਾ ਪੈਣਾ ਨੇ ਦੋਏ ਪੈਣਾ ਪੈਣਾ ਗੱਬਣਾ ਤਾਂ ਨਹੀਂ ਗਿਆ ਨਹੀਂ ਗੱਬਣਾ ਨਹੀਂ ਆਦੇ ਗਿਆ ਪੱਕੀ ਗੱਲ ਆ ਪੱਕੀ ਗੱਲ ਆ ਠੀਕ ਆ ਕੀ ਮੁੱਲ ਕਰਿਆ ਜੋੜੀ ਦਾ ਇਹ 16-16 ਹਜ਼ਾਰ 32 ਹਜ਼ਾਰ 32 ਹਜ਼ਾਰ 16 × 32 32 ਹਜ਼ਾਰ ਰੁਪਇਆ ਮੁੱਲ ਕਰਿਆ ਬਾਈ ਬਾਕੀ ਦੇਖ ਦਿਆਂਗੇ ਗੱਲਬਾਤ ਕੀ ਆ ਲੱਗਿਆ ਵੀ ਆ ਕੁਛ ਨਹੀਂ ਇੰਨਾ ਦਿਨ ਲੱਗਿਆ ਕੁਛ ਦੇਣ ਲੈਣ ਵਾਲਾ ਮੁੱਲ ਹੀ ਇਹ ਨਹੀਂ ਹਜੇ ਤਾਂ ਹੋ ਜੂਗਾ ਹਾਂ ਹਾਂ ਦੇਖੋ ਕੁਆਲਿਟੀ ਦੇਖੋ ਕੱਦ ਕਿੰਨਾ ਹੋਊਗਾ ਇਹਨਾਂ ਦਾ ਵੈਸੇ ਕੱਦ ਇਹਨਾਂ ਦਾ 34-34 ਹੋਊਗਾ ਬੋਲੇ ਅੱਛਾ ਕੱਦ ਤਾਂ ਕਰ ਜਾਣਗੀਆਂ ਵਧੀਆ ਕੱਦ ਕਰ ਜਾਣਗੀਆਂ ਵਧੀਆ ਠੀਕ ਆ ਹਾਂ ਇਹ 5-6 ਮਹੀਨਿਆਂ ਨੂੰ ਹੋ ਜਾਣਗੀਆਂ ਇਹ ਕ੍ਰੋਸਿੰਗ ਹਾਂ 5-6 ਮਹੀਨਿਆਂ ਨੂੰ ਕ੍ਰੋਸ ਹੋ ਕੱਦ ਵੀ ਕਰ ਜਾਣਗੀਆਂ ਨਾ ਕੱਦ ਵੀ ਕਰ ਜਾਣਗੀਆਂ ਲੈ ਪੱਠਾਂ ਦੋ ਇੱਕ ਸਾਰ ਨੇਗੀਆਂ ਕਿਸੇ ਪੱਖ ਦੀ ਕੋਈ ਘਾਟ ਨਹੀਂ ਤੁਰਦੀਆਂ ਫਿਰਦੀਆਂ ਓਕੇ ਨੇ ਬਾਈ ਕੋਈ ਇਹੋ ਜੀ ਗੱਲ ਤਾਂ ਨਹੀਂ ਕਿ ਲੰਗੜਾਉਂਦੀ ਹੋਵੇ ਠੀਕ ਆ ਪੱਠਾ ਫੁੱਲ ਰਿਪੋਰਟ ਓਕੇ ਹਾਂ ਜੀ ਆ ਪੱਠ ਕਿਵੇਂ ਆ ਇਹ ਪੂਰੇ ਦੰਦਾ ਪੂਰੇ ਦੰਦਾ ਹਾਂ ਇਹ ਪੂਰੇ ਦੰਦਾ ਸੂਈ ਹੋਈ ਆ ਪਹਿਲਾਂ ਨਹੀਂ ਫੈਟ ਪੱਠੀ ਆ ਫੈਟ ਪੱਠ ਆ ਕੀ ਲਵਾਈ ਨਹੀਂ ਗਈ ਲਵਾਈ ਨਹੀਂ ਨਾ ਠੀਕ ਆ ਇਹਦਾ ਕੀ ਮੁੱਲ ਆ ਇਹਦਾ 25,000 ਇਹਦਾ 25,000 8 ਦੰਦ ਆ ਗਈ ਬਾਈ ਹਾਂ ਜੀ ਲਵਾਈ ਨਹੀਂ ਕਹਿੰਦਾ ਬਾਕੀ ਵਪਾਰ ਦੀ ਆਈ ਹੋਈ ਹੈ ਨਾ ਆਪਣੇ ਕੱਦ ਕਿੰਨਾ ਹੋਊ ਇਹਦਾ ਬਾਈ ਇਹਦਾ ਕੱਦ 36 ਆ 36 ਇੰਚ ਕੱਦ ਤੁਹਾਡੇ ਸਾਹਮਣੇ ਹੈਗੀ ਹੋਰ ਕੋਈ ਬੱਕਰੀ ਬੱਚਿਆਂ ਵਾਲੀ ਬੱਕਰੀ ਬੱਚਿਆਂ ਵਾਲੀ ਆ ਕਿਹੜੀ ਲਾਲ ਲਾਲ ਰੰਗ ਦੀ ਬੱਕਰੀ ਆ ਜਿਹੜੀ ਇਹ ਬੱਚਿਆਂ ਵਾਲੀ ਆ ਇਹਦਾ ਕੀ ਮੁੱਲ ਆ ਬਾਈ 40,000 ਇਹਦੇ ਕਿੰਨੇ ਬੱਚੇ ਨੇ ਇਹ ਦੋ ਬੱਚੇ ਦੋ ਬੱਚੇ ਨੇ ਦੋਏ ਬੱਚੇ ਨੇ ਦੋਨੇ ਬੱਕਰੇ ਦੋਏ ਬੱਕਰੇ ਨੇਗੇ ਕਿੰਨੇ ਟਾਈਮ ਦਾ ਹੋ ਗਿਆ ਸੂਈ ਨੂੰ ਸੂਈ ਨਹੀਂ ਹੋ ਰਹੇ ਬਾਈ ਡੇਢ ਪੌਣੇ ਦੋ ਮਹੀਨੇ ਡੇਢ ਪੌਣੇ ਦੋ ਮਹੀਨੇ ਪੜੇ ਹੋਏ ਨੇ ਬੱਚੇ ਤਾਂ ਕਰ ਵਧੀਆ ਪੂਰੇ ਵਧੀਆ ਪੜੇ ਠੀਕ ਹੈ ਤੇ ਆ ਨਾਲ ਕੀ ਖੜੇ ਨੇਗੇ ਇਹ ਪੱਠਾ ਨੇ ਬਾਕੀ ਦੇ ਗੱਲ ਕਰ ਲੋ ਕੋਈ ਨਾ ਕਰੂਗਾ ਦੋਵਾਂ ਦਾ ਕੀ ਮੁੱਲ ਆ ਬਾਈ ਜੱਗੇ ਇਹਨਾਂ ਦਾ 22,000 ਆ ਦੋਨਾਂ ਦੇ ਕਿੰਨੇ ਟਾਈਮ ਦੀ ਆਉਣਗੀਆਂ ਇਹ 3-3 ਮਹੀਨੇ ਦੇ ਕਿ 4 ਦੀਆਂ ਨਹੀਂ 3-3 ਦੀਆਂ ਨੇ 3-3 ਮਹੀਨੇ ਦੀਆਂ ਪੱਠਾਂ ਕੁਆਲਿਟੀ ਬਹੁਤ ਹੈ ਜੀ ਕੁਆਲਿਟੀ ਓਕੇ ਆ ਹਾਂ ਫੁੱਲ ਰਿਪੋਰਟਾਂ ਓਕੇ ਫੁੱਲ ਠੀਕ ਆ ਬਾਈ ਚੰਗੀ ਗੱਲਬਾਤ ਆ ਹਾਂ ਜੀ ਹੁਣ ਜ਼ਿਆਦਾ ਸੀਜ਼ਨ ਕਾਹਦਾ ਚੱਲ ਰਿਹਾ ਤੁਹਾਡੇ ਕੋਲੇ ਹੁਣ ਖੱਸੀ ਦਾ ਚੱਲੂ ਜ਼ਿਆਦਾ ਸੀਜ਼ਨ ਅੱਛਾ ਕਿੰਨੇ ਮਹੀਨੇ 2.5 ਮਹੀਨੇ 2.5 ਮਹੀਨੇ ਖੱਸੀ ਬੱਕਰਿਆਂ ਦੀ ਕਿੰਨੀ ਡਿਮਾਂਡ ਹੈ ਤੁਹਾਡੇ ਕੋਲ ਫੁੱਲ ਚੱਲੂ ਹੋਣਾ ਫੁੱਲ ਡਿਮਾਂਡ ਪੂਰੀ ਆ ਪੂਰੀ ਪੂਰੀ ਖਰੀਦ ਵੀ ਲੈਣੇ ਹੋ ਹਾਂ ਖਰੀਦਦੇ ਆ ਕਿੰਨੇ ਕੋਣ ਹੁਣ ਖਰੀਦਾਂਗੇ ਕਿੰਨੇ ਕਰ ਖਰੀਦ ਦੋ ਫਿਰ ਬਸ ਜਿੰਨੇ ਮਰਜ਼ੀ ਰੱਬ ਦਾ ਸ਼ੁਕਰ ਆ ਮਿਲਣੇ ਚਾਹੀਦੇ ਨੇ ਮਿਲਣੇ ਚਾਹੀਦੇ ਨੇ ਲੈ ਵੀ ਖੱਸੀ ਬੱਕਰੇ ਖਰੀਦਦੇ ਨੇ ਖੜੇ ਹੋਣ ਤਾਂ ਸੰਪਰਕ ਵੀ ਬਣਾ ਸਕਦੇ ਹੋਗੇ ਮੰਡੀ ਤੇ ਲਿਆ ਸਕਦੇ ਹੋਗੇ ਮੰਡੀ ਤੋਂ ਤਾਂ ਖਰੀਦ ਹੀ ਲੈਣਗੇ ਬਾਈ ਤੁਹਾਡੇ ਕੋਲੋਂ ਨਾ ਠੀਕ ਆ ਬਾਈ ਓਕੇ ਠੀਕ ਆ ਬਾਈ ਓਕੇ